ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਤਮਾਮ ਮੇਰੇ ਭੈਣ ਭਾਈ, ਉਮੀਦ ਕਰਨਾ ਤੁਸੀਂ ਵੀ ਠੀਕ ਠਾਕ ਹੋਗੇ। ਅਸੀਂ ਵੀ ਠੀਕ ਠਾਕ ਹਾਂ। ਅੱਲਾ ਤੁਹਾਨੂੰ ਤੰਦਰੁਸਤੀ ਔਰ ਸਿਹਤ ਦੇਵੇ, ਜ਼ਿੰਦਗੀ ਦੇਵੇ। ਜਿਹਨਾਂ ਕੋਲ ਬਾਈਆਂ ਕੋਲ ਕਾਰੋਬਾਰ ਨਹੀਂ ਉਹਨਾਂ ਨੂੰ ਕਾਰੋਬਾਰ ਦੇਵੇ, ਜੋ ਬਿਮਾਰ ਨੇ ਸ਼ਫਾ ਦੇਵੇ, ਬੇਔਲਾਦ ਨੇ ਔਲਾਦ ਦੇਵੇ, ਜੋ ਬੇਰੁਜ਼ਗਾਰ ਨੇ ਰੁਜ਼ਗਾਰ ਦੇਵੇ। ਅੱਜ ਦੇ ਬਲੋਗ ਦਾ ਕਰਨੇ ਆ ਆਗਾਜ਼, ਅਤੇ ਮੈਂ ਆ ਗਿਆ ਹੁਣ ਫਸਲਾਂ ਦੇ ਵਿੱਚ। ਮੈਂ ਆਖਿਆ ਵੀ ਮੈਂ ਭੈਣਾਂ ਭਰਾਵਾਂ ਨੂੰ ਸ਼ੇਅਰ ਕਰ ਲਵਾਂ, ਅਤੇ ਅੱਜ ਦਾ ਆਉਣੇ ਦਾ ਰੂਟੀਨ ਦਾ ਤੁਹਾਨੂੰ ਮੁਤਾਬਕ ਮੈਂ ਦੱਸ ਲਵਾਂ, ਕਿਉਂਕਿ ਕਾਫੀ ਸਾਰੀ ਇਸ ਸਾਈਡ 'ਤੇ ਕਣਾ ਖੜੀ ਹੈ ਅਤੇ ਇਹਦੇ ਵਿੱਚ ਕੋਈ ਆ ਵੇਖ ਮਾਸ਼ਾਅੱਲਾ ਬਿਲਕੁਲ ਤਿਆਰ ਖੜੀ ਹੈ। ਆਹ ਨਾਲ ਦਰਖਤ ਹੈ, ਇਹ ਵੇਖਾ ਜਿਹੜਾ ਮਾਸ਼ਾਅੱਲਾ ਹਵਾ ਬਹੁਤ ਤੇਜ਼ ਹੈ। ਇਹ ਬਹੁਤ ਬੜੀ ਫਸਲ ਹੈ ਜਿਹੜੀ ਤੁਹਾਨੂੰ ਦੱਸ ਰਿਹਾ ਹੈ। ਮਾਸ਼ਾਅੱਲਾ ਅਤੇ ਮੇਰਾ ਟਾਈਗਰ ਵੀ ਆਇਆ ਹੋਇਆ, ਆਹ ਵੇਖਾ ਜਾ ਰਿਹਾ। ਇਹ ਇਹਦੇ ਮੱਕੀ ਦੀ ਫਸਲ ਹੈ, ਅਤੇ ਸ਼ੁਕਰ ਅਲਹਮਦੁਲਿਲਾ ਅੱਲਾ ਕਾਮਯਾਬ ਕਰੇ। ਲੇਕਿਨ ਮੌਸਮ ਕਾਫੀ ਖਰਾਬ ਹੈ ਇਸ ਵਜ੍ਹਾ ਤੋਂ ਜਿਹੜਾ ਨਾ, ਕਿਉਂਕਿ ਹਰ ਬੰਦਾ ਹੀ ਗਰੀਬ ਬੰਦਾ ਦੁਆ ਮੰਗ ਰਿਹਾ ਅੱਲਾ ਕਾਮਯਾਬ ਕਰੇ, ਤੰਦਰੁਸਤੀ ਦੇਵੇ, ਕਿਉਂਕਿ ਇਸ ਮੌਸਮ ਖਰਾਬ ਹੋਣੇ ਨਾਲ ਕਣਕ ਦਾ ਨੁਕਸਾਨ ਵੀ ਹੋ ਸਕਦਾ, ਕੋਈ ਇਤਨਾ ਅੱਖ ਹੀ ਨਹੀਂ ਜਾਂਦੀ। ਅਤੇ ਰੱਬ ਦੀ ਜ਼ਾਤ ਰਹਿਮਤ ਕਰੇ, ਕਿਉਂਕਿ ਇਹਦੇ ਵਿੱਚ ਹਰ ਬੰਦਾ ਜਿਹੜਾ, ਕਿਉਂਕਿ ਮੌਸਮ ਖਰਾਬ ਹੋਣੇ ਦੀ ਵਜ੍ਹਾ ਨਾਲ ਉਹ ਜੋ ਵੀ ਕਰਦਾ ਰੱਬ ਦੀ ਜ਼ਾਤ ਬਿਹਤਰ ਕਰਦਾ ਹੈ, ਇਨਸਾਨ ਦੀ ਸੋਚ ਕੁਛ ਵੀ ਨਹੀਂ ਕਰ ਸਕਦੀ। ਅਤੇ ਅੱਲਾ ਤਾਲਾ ਤੰਦਰੁਸਤੀ ਔਰ ਸਿਹਤ ਦੇਵੇ। ਮੈਂ ਤਾਂ ਇਹੀ ਬਣ ਰਵਾਂਗਾ, ਦੁਆ ਰਿਕੁਐਸਟ ਕਰ ਸਕਣਾ, ਦੁਆ ਕਰ ਸਕਣਾ ਵੀ ਹਰ ਖੈਰੀ ਸਲਾਮਤੀ ਫਸਲ ਆਪਣੀ ਜਗ੍ਹਾ 'ਤੇ ਇਹਨੂੰ ਮਫੂਤ ਕਰਨ ਦੀ ਤਫੀਕ ਦੇਵੇ ਔਰ ਕੁੰਜਣ ਦੀ ਤਫੀਕ ਦੇਵੇ। ਜੇ ਇਸ ਕਟਾਈ ਜਾਂਦੀ ਸ਼ੁਰੂ ਹੋਣ ਵਾਲੀ ਹੈ, ਪਰ ਅਨ ਕਰੀਬ ਹੀ ਕਟਾਈ ਸ਼ੁਰੂ ਹੋਵੇਗੀ। ਅਤੇ ਅੱਲਾ ਮਾਲਿਕ ਹੈ, ਅੱਲਾ ਹਰ ਨੂੰ ਤੰਦਰੁਸਤੀ ਔਰ ਸਿਹਤ ਦੇਸੀ, ਅਤੇ ਹਰ ਦੀ ਫਸਲਾਂ ਕਾਮਯਾਬ ਕਰ ਸੀ। ਅਤੇ ਅੱਜ ਸੁਬਹ ਸੁਬਹ ਦਾ ਟਾਈਮ ਹੈ, ਮੈਂ ਆਖਿਆ ਸਲਾਮ ਦੁਆ ਬਾਣਾ ਬ੍ਰਾਹਮਣ ਨਾਲ ਲੈ ਲਈਏ। ਅਤੇ ਇਹ ਆਬਾਦੀ ਦੇ ਮੈਂ ਪਿਛ ਬੈਕ ਸਾਈਡ 'ਤੇ ਆ ਗਿਆ। ਮਾਸ਼ਾਅੱਲਾ ਮੌਸਮ ਬਹੁਤ, ਹਵਾ ਬਹੁਤ ਤੇਜ਼ ਚੱਲੀ ਹੋਈ ਹੈ। ਆਹ ਵੇਖਿਆ ਜੇ ਦਰਖਤ ਤੋਂ ਤੁਹਾਨੂੰ ਮਹਿਸੂਸ ਹੋ ਰਿਹਾ ਹੋਵੇਗਾ। ਅਤੇ ਮੇਰੇ ਬਾਣਾ ਬ੍ਰਾਹਮਣ ਵਾਲੇ ਅੱਗੇ ਰਿਕੁਐਸਟ ਇਹ ਹੀ ਹੈ ਕਿ ਸਾਨੂੰ ਖੁਦਾ ਦੇ ਬੰਦਿਆਂ ਕਮ ਸੇ ਕਮ ਲਾਇਕ ਕਰ ਛੱਡਿਆ ਕਰੋ, ਕਮੈਂਟ ਕਰਕੇ ਸ਼ੇਅਰ ਕਰ ਛੱਡਿਆ ਕਰੋ, ਕਿਉਂਕਿ ਅਸੀਂ ਵਾਰ ਵਾਰ ਰਿਕੁਐਸਟ ਕਰਦੇ ਹਾਂ, ਅਨਪੜ੍ਹ ਬੰਦੇ ਹਾਂ, ਅਤੇ ਤੁਹਾਡੇ ਅੱਗੇ ਰਿਕੁਐਸਟ ਅਸੀਂ ਇਹ ਹੀ ਵਾਰ ਵਾਰ ਕਰਦੇ ਪਏ ਹਾਂ। ਮਿੰਨਤ ਵਾਲੀ ਗੱਲ ਹੈ, ਜੋ ਵੀ ਮਤਲਬ ਹੋਰ ਨਹੀਂ ਬੰਦਾ ਕੋਈ ਕਰ ਸਕਦਾ ਯਾਰ, ਇਤਨਾ ਬੱਚੇ ਦਾ ਮਤਲਬ ਹਿਸਾਬ ਵੇਖ ਕੇ। ਅਤੇ ਮੇਰਾ ਭਾਈ ਤੁਸੀਂ ਲਾਜ਼ਮੀ ਮਤਲਬ ਇਹਨੂੰ ਆਖਿਰ ਤਾਂ ਵੀਡੀਓ 'ਤੇ ਵੇਖ ਸਕਦੇ ਨੇ ਨਾ, ਅਤੇ ਆਪਣਾ ਹੱਕ ਬਣਦਾ ਜੋ ਮੇਰੇ ਯੂਟਿਊਬ ਪਰ ਨੇ, ਅੱਲਾ ਉਹਨਾਂ ਨੂੰ ਤੰਦਰੁਸਤੀ ਔਰ ਸਿਹਤ ਦੇਵੇ। ਮੈਂ ਹਰ ਬੰਦੇ ਅੱਗੇ ਰਿਕੁਐਸਟ ਇਹ ਕਰ ਰਿਹਾ ਵੀ ਇਹ ਵੀਡੀਓ ਐਂਡ ਤਾਈਂ, ਹਰ ਬੰਦੇ ਦੀ ਵੀਡੀਓ ਐਂਡ ਤਾਈਂ ਵੇਖੀ ਕਰੋ। ਇਹ ਨਹੀਂ ਮੈਂ ਤੁਹਾਨੂੰ ਆਪਣੀ ਕਹਿ ਰਿਹਾ, ਹਰ ਬੰਦੇ ਦੀ ਵੀਡੀਓ ਜਦੋਂ ਲਾ ਲੈਂਦੇ ਨੇ, ਉਹਨੂੰ ਵੀਡੀਓ ਨੂੰ ਵੇਖਣ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਅਗਲੇ ਦਾ ਫਾਇਦਾ ਹੋ ਜਾਂਦਾ ਹੈ। ਅਤੇ ਇਸੇ ਵਾਸਤੇ ਆਪਾਂ ਭਾਈ ਮੁਸਲਮਾਨ ਆਏ, ਅਤੇ ਵਾਰ ਵਾਰ ਮਿਹਰਬਾਨੀ ਹੈ ਤੁਹਾਡੀ, ਹਰ ਬੰਦੇ ਦੀ ਵੀਡੀਓ ਐਂਡ ਤਾਈਂ ਵੇਖੀ ਕਰੋ। ਪੱਠੇ ਪਾ ਲਏ ਹਨ ਤਾਂ ਡੰਗਰਾਂ ਸਰ ਗਿਆ। ਮੈਂ ਆਖਿਆ ਵੀ ਹੁਣ ਜਿਹੜਾ ਨਾ ਕੋਈ ਨਾਸ਼ਤਾ ਨੁਸ਼ਤਾ ਕਰ ਲਈਏ, ਤਾਂ ਰਾਤੀ ਬਹੁਤ ਜ਼ਿਆਦਾ ਦਰਦ ਹੋ ਗਈ ਹੈ, ਦਵਾਈ ਲਾ ਜਾਂਦੀ ਹੈ। ਇਸ ਕੱਲੂ ਵੀਡੀਓ ਅਸੀਂ ਨਹੀਂ ਬਣਾਏ, ਕਿਉਂਕਿ ਉਹਦੇ ਵਿੱਚ ਜਿਹੜਾ ਡਾਕਟਰ ਵੀ ਸਾਡੇ ਕਾਫੀ ਮਾਇੰਡ ਕਰਦੇ ਨੇ, ਅਤੇ ਹੁਣ ਬੇਗਮ ਸਾਹਿਬ ਦੀ ਅੱਜ ਦਵਾਈ ਲੈਣ ਜਾਣਾ ਹੈ,
ਤੇ ਨਾਸ਼ਤਾ ਜਿਹੜਾ ਨਾ ਰਸਾ ਨਾ ਕਰਦੇ ਪਏ, ਜਿਸ ਭੈਣ ਭਰਾ ਜਿਹਨਾਂ ਨਾਸ਼ਤਾ ਕਰਨਾ ਹੋਵੇ ਸਾਡੇ ਕੋਲ ਆਣ ਕੇ ਕਰ ਸਕਦਾ ਹੈ। ਤੈਨੂੰ ਵੀ ਕਾਫੀ ਰਾਤ ਪੂਰੀ ਜਿਹੜੀ ਨੇ ਇਸ ਬਹਿ ਕੇ ਗੁਜ਼ਾਰੀ, ਹੁਣ ਸਾਰੀ ਗੱਲ ਆਉਂਦੀ ਮੇਰੇ ਭਾਈ ਪੈਸੇ ਨਾਲ, ਹੁਣ ਕੀ ਇਹਦੇ ਵਿੱਚ ਕਰ ਸਕਦੇ ਹਾਂ, ਮੈਂ ਕਿਸੇ ਕੋਲ ਉਧਾਰੇ ਲੈ ਕੇ ਜਾਵਾਂਗਾ ਜੀ ਨਾਲ ਹੀ ਇਹਦਾ ਦਵਾਈ ਦਾ ਮਤਲਬ, ਇਹਦੇ ਸਿਰ 'ਤੇ ਸਾਡਾ ਸਰਕਟ ਘਰ ਦਾ ਚੱਲਦਾ ਪਿਆ, ਸਾਰਾ ਹਿਸਾਬ ਮਤਲਬ ਡੰਗਰਾਂ ਦਾ ਵੀ, ਉਸ ਤੋਂ ਬਾਅਦ ਮਜ਼ਦੂਰੀ ਵੀ ਸਾਰੀ, ਜਿਹੜੀ ਇਸ ਦਿਹਾੜੀ ਕਰਨੀ ਉਹ ਇਸ ਕਰਨੀ ਹੈ, ਮੇਰੇ ਕੋਲ ਤਾਂ ਨਹੀਂ ਹੁੰਦੀ ਕਿਉਂਕਿ ਆਹ ਬਾਜ਼ੂ ਵੀ ਟੁੱਟਾ ਹੋਇਆ ਅਤੇ ਹਾਲਾਤ ਵੀ ਟੁੱਟੀ ਹੋਈ ਹੈ। ਹੁਣ ਕੀ ਕਰ ਸਕਦੇ ਹਾਂ, ਤੁਹਾਡੇ ਭੈਣਾਂ ਭਰਾਵਾਂ ਦਾ ਸ਼ੁਕਰ ਅਦਾ ਕਰ ਸਕਦੇ ਹਾਂ ਕਿ ਜਿਹੜੇ ਭੈਣਾਂ ਭਰਾ ਸਾਨੂੰ ਸਪੋਰਟ ਕਰਦੇ ਪਏ ਨੇ, ਲੱਖ ਲੱਖ ਹੈ, ਹੋਰ ਇਸ ਤੋਂ ਉੱਤੇ ਅਸੀਂ ਕੀ ਧੰਨਵਾਦ ਕੀਤਾ। ਹਾਂਜੀ ਦੁਦਾਨ ਆਇਆ ਸੁਣਾਇਆ ਨਹੀਂ, ਰਸ ਖਾ ਲੈਣ ਤਾਂ ਵੀ ਲਾਲ ਮਾਂ ਵਾਸਤੇ ਬੇ ਬੈਠਣਾ ਉਹਨੂੰ ਖਵਾਈਨੀ ਆ, ਅਤੇ ਮੁੜ ਕੋਈ ਹੋਰ ਕਰਸਾਂ ਗਰ ਦਾ ਤੇ ਆ ਦਵਾਈਆਂ ਵੀ ਨਾਲ ਲੈ ਆਉਂਦੀਆਂ ਹਨ, ਨਾਲ ਉਹਨਾਂ ਸੀਰਪ ਦਿੱਤਾ ਹੈ ਤੇ ਹੁਣ ਦਵਾਈ ਲੈ ਕੇ ਆ ਗਏ ਆਣਗੇ ਤੇ ਬੱਕਰਿਆਂ ਨੂੰ ਛੱਡ ਦਿੱਤਾ ਕਿਉਂ ਤੇ ਪੱਠੇ ਖਾ ਲਵੇਂ ਤੇ ਉੱਤੂ ਕਰਨ ਰਸ਼ੇ ਦੀ ਕਹਾਣੀ ਯਾਰ ਗੁੱਲਾ ਖਲਾਏਗਾ ਤੇ ਥਾਪੀਆਂ ਤਾਂ ਲੋਕ ਕੁੰਜ ਲਿਆਣਗੇ ਉੱਤੇ ਛਾਪੋ ਦਿੱਤਾ ਹੈਗਾ ਸਫਾਈ ਆਉਂਦੇ ਨਾ ਪੇਦੇ ਵੀ ਤੇ ਉਹ ਸਾਰਾ ਗੰਦ ਪਿਛਾ ਆਟਿਆ ਉੱਤਾ ਛਾਪਰ ਗਤਿਆ ਕਿਉਂ ਤੇ ਛਾਪਾ ਦੀ ਵਜ੍ਹਾ ਤੋਂ ਭਿੱਜਦੀਆਂ ਨਹੀਂ ਆਣਗੀਆਂ ਸੁੱਕੀਆਂ ਆਣਗੀਆਂ ਥਾਪੀਆਂ ਹਾਂਜੀ ਤੇ ਨਾਲ ਕਿਹੜਾ ਇੱਦਾਂ ਵੀ ਆਣਗੇ ਤੇ ਗੋਬਰ ਰੱਖਿਆ ਹੋਇਆ ਬੜਾ ਥੱਪਣਾ ਹੈਗਾ ਤੇ ਥਾਪੀਆਂ ਆ ਵੀ ਕੱਢੀਆਂ ਆਣਗੀਆਂ ਛਾਪਰ ਉੱਤੇ ਕਿਹੜਾ ਲੈ ਗਿਆ ਸੀ ਮੈਂ ਚੁੱਕੇ ਦਿੰਦਾ ਹੈਗਾ ਛਾਪੋ ਰੋੜਿਆਂ ਨੇ ਹੋਰ ਇੱਥੇ ਰੋੜਾ ਨਹੀਂ ਪਿਆ ਹੈਗਾ ਚਾਕ ਨਾ ਰੋੜਾ ਦੇ ਲਿਆ ਹੈਗਾ ਤੇ ਉਹ ਤੋਂ ਬਾਅਦ ਕਿਹੜਾ ਭੈਣ ਭਰਾਇਆ ਹੋਇਆ ਤੇ ਭੈਣ ਭਰਾ ਕਾਰੋਬਾਰ ਵੱਧ ਗਿਆ ਤੇ ਅੰਮੀ ਗਈ ਦਵਾਈ ਲੈਣ ਆਪ ਦੀ ਮੇਰੇ ਭਾਈ ਭਾਈ ਨਾਲ ਉਹਦਾ ਭਾਈ ਆਉਂਦਾ ਨਾਲ ਗਈ ਹੋਈ ਜੇ ਦਵਾਈ ਲਵੇਣ ਤਾਂ ਹੁਣ ਆਬੂ ਹੋਰੀ ਆਉਂਦਾ ਕੋਈ ਹਾਲੇ ਮੱਝੀ ਡੰਗਰਾਂ ਨੂੰ ਪਿਵਾਉਣਾ ਵੀ ਹੈ ਤੇ ਮੁੜ ਕੋਈ ਹੋਰ ਕਰਨੇ ਆ ਤੇ ਬਿਲਾਲ ਹੀ ਬੈਠਾ ਬਿਲਾਲ ਨੇ ਗਤਿਆ ਨਿੱਕੇ ਮੰਜਰੀ ਮੰਜੀ ਤੇ ਉਸ ਵੱਡੀ ਭਾਈ ਤੇ ਡੇਕ ਪਾਉਂਦਾ ਹੈ ਤਾਂ ਗੱਲੋਂ ਅੱਗੇ ਇੱਕ ਵਾਰ ਡਿੱਗਾ ਨਾ ਡਿੱਗਾ ਤੇ ਚੌਥੇ ਕਾਫੀ ਚੋਟ ਲੱਗ ਗਈ ਅਸੋ ਤੇ ਚਲੀ ਗਏ ਅੱਗੋਂ ਤੇ ਬਰਤਨ ਮੈਂ ਸਾਫ ਕਰਕੇ ਰੱਖ ਲੈਣ ਅੱਜ ਮੌਸਮ ਬੜਾ ਖਰਾਬ ਹੈ ਅੱਜ ਦੇਖੋ ਹਵਾ ਗੁੱਲੇ ਖਲੇ ਜਾਣੇ ਪਤਾ ਨਹੀਂ ਕੋਈ ਬੱਦੋ ਲਾ ਭਾਜੀ ਪਕਾ ਜਾਏਗੀ ਪਤਾ ਨਹੀਂ ਇਹ ਵੀ ਖਾ ਵੇਖੋ ਤੇ ਉਹ ਪਾ ਕੇ ਨਾ ਪੱਠੇ ਕੁਤਰ ਕੇ ਡੰਗਰਾਂ ਨੂੰ ਗੱਦੇ ਆ ਬਿਲਾਲ ਨੂੰ ਵੀ ਕੇਲਾ ਖਵਾਇਆ ਹੈਗਾ ਅੱਬੋ ਤੇ ਸਾਲਾਂ ਨੂੰ ਪੱਕਣ ਨੂੰ ਥੋੜ੍ਹੀ ਜਿਹੀ ਅਤੇ ਅੰਮੀ ਰੋਟੀਆਂ ਪਕਾਉਂਦੀ ਪਈ ਹੈਗੀ ਅੰਮੀ ਨਾ ਜਾਂਦੇ ਉਹ ਕੜਾ ਨਾ ਉਹਨੂੰ ਦਵਾਈ ਲੈ ਕੇ ਆਈ ਹੈਗੀ ਤਿਕਵਾਨ ਦੇ ਨੇ ਭਤੀਜੇ ਨੂੰ ਨਾਲ ਲਾ ਗਿਆ ਸਮੋਸਾ ਖਰਾਬ ਆ ਤਵਾ ਤਿੰਨ ਦੇ ਕੁਤ ਮੁੜ ਜੇ ਵਹਿਣਾ ਨਹੀਂ ਆ ਇਸ ਵਾਸਤੇ ਤਾਂ ਦਵਾਈ ਮੈਂ ਲਾਇਆ ਆਉਂਦੀ ਉਹ ਚਾਹ ਰੱਖ ਮੈਂ ਤਾਂ ਚਾਚੂ ਉੱਥੇ ਵੀਡੀਓ ਨਹੀਂ ਬਣਦੀ ਨਾਲ ਨੇ ਇੱਥੋਂ ਪਾਕਿਸਤਾਨ ਵੀਡੀਓ ਬਣਾਉਣ ਤੇ ਬੜਾ ਆਇਣ ਮੈਂ ਸਮਝਦੇ ਤੇ ਦਵਾਈ ਆ ਲਾਇਆ ਆਉਂਦੀ ਰਿਪੋਰਟ ਜੋ ਉਸ ਆਖਿਆ ਵੀ ਕਰਾਵਿਆ ਤੇ ਵੱਡਾ ਡਾਕਟਰ ਆ ਕੋਈ ਨਾ ਤੇ ਅੱਲਾ ਪਾਕ ਰਹਿਮਤ ਕਰੇ ਸੀ ਦਵਾਈ ਪੰਜਾਂ ਦਿਨਾਂ ਦੀ ਦਿੱਤੀ ਨੀ ਬੇਕਰੇ ਦਵਾਈ ਖਾ ਤੇ ਨਾਲ ਮਾਲਾ ਦਿੱਤੀ ਸੋ
ਨਾਲ ਮਾਲਾ ਸੀ ਦਿੱਤੀ ਸੀ ਵੀ ਜਿੱਥੇ ਨਾ ਖਿਪਤੇ ਵੀ ਨਾ ਅਸੀਂ ਨਾ ਜਗ੍ਹਾ ਤੋਂ ਮਾਲੀ ਅਤੇ ਇਕਬਾਲ ਪੇਸ਼ਾ ਨੂੰ ਚੋਰ ਨੂੰ ਸਾਹ ਦਿਆਂਦਾ ਬਤਰੀ ਨੂੰ ਤੋਂ ਉਸ ਨਾ ਸਾਲਾਂ ਨਹੀਂ ਪਕਾਇਆ ਅਤੇ ਰੋਟੀਆਂ ਅਤੇ ਭੁੱਖ ਤੋਂ ਬੜੀ ਬੱਚਿਆਂ ਲੱਗੀ ਖਾਈ ਹੁਣ ਖਵਾਈਨੇ ਆ ਅਤੇ ਅੱਲਾ ਪਾਕ ਦਾ ਸ਼ੁਕਰ ਹੈ ਜਿਹੜਾ ਮਤਲਬ ਬੱਚੀਆਂ ਆਈਆਂ ਨੇ ਉਹ ਚਾਚੇ ਨੂੰ ਪੁੱਛਣ ਆਈਆਂ ਨੇ ਅਤੇ ਮੈਂ ਅੱਗੇ ਉਹਨਾਂ ਨੂੰ ਰੋਟੀ 'ਤੇ ਲਾ ਦਿੱਤਾ ਅਤੇ ਉਹ ਰੋਟੀ ਪਕਾ ਕੇ ਅਤੇ ਹੁਣ ਵਗ ਗਈਆਂ ਨੇ ਸਾਲਾਂ ਨੇ ਨਾਲ ਬਣਾਇਆ ਨੇ ਜੇ ਬਣ ਬਿਰਾ ਖਾਣੀ ਹੋਵੇ ਜੋ ਨਾਲ ਮੇਰੇ ਕੋਲ ਰੋਟੀ ਖਾ ਸਕਦਾ ਅੱਗੇ ਪਹਿਲੇ ਵੀ ਰਿਕੁਐਸਟ ਕਰ ਬੈਠਾ ਔਰ ਹਰ ਵਲੋਗ ਦੇ ਨਾਲ ਜਿਹੜਾ ਨਾ ਹਰ ਵੀਡੀਓ ਦੇ ਨਾਲ ਹਰ ਕਲਿਪ ਨਾਲ ਜਿਹੜਾ ਨਾ ਮੈਂ ਇਹ ਵਾਰ ਵਾਰ ਤੁਹਾਨੂੰ ਬਣੇ ਬ੍ਰਹਮਨ ਰਿਕੁਐਸਟ ਕਰਦਾ ਪਿਆ ਜਿਹੜਾ ਸਾਡਾ ਵੀਡੀਓ ਹੈ ਨਾ ਪਹਿਲੇ ਤੋਂ ਲੱਗ ਕੇ ਆਖਿਰ ਤਾਂ ਜ਼ਰੂਰ ਵੇਖੀ ਕਰੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਛੋਟੇ ਜਿਹੇ ਵੱਲੇ ਉਕਾਰ ਹੈ ਅੱਲਾ ਉਹਨੂੰ ਤੰਦਰੁਸਤੀ ਔਰ ਸਿਹਤ ਦੇਵੇ ਔਰ ਬੱਚਿਆਂ ਦੀ ਜ਼ਿੰਦਗੀ ਕਰੇ ਮੇਰੀਆਂ ਢੇਰ ਸਾਰੀਆਂ ਉਹਦੇ ਨਾਲ ਦੁਆਵਾਂ ਨੇ ਜਿਹੜੀ ਯੂਕੇ ਦੇ ਰਹਿਣ ਵਾਲੀ ਹੈ ਅਤੇ ਉਹ ਸਾਡੇ ਵਾਸਤੇ ਮਤਲਬ ਇਤਨਾ ਬੱਚਿਆਂ ਦਾ ਕੀਤਾ ਜਿਤਨੀ ਤੁਹਾਨੂੰ ਦੱਸੀ ਉਸ 6,000 ਜਿਹੜਾ ਨਾ ਸਾਡਾ ਰਾਸ਼ਨ ਪਾਣੀ ਵਾਸਤੇ ਜਿਹੜਾ ਨਾ ਈਦੀ ਗੱਲ ਹੀ ਹੈ ਚੱਲ ਆ ਉਹਨੂੰ ਸਿਹਤ ਦੇਵੇ ਜ਼ਿੰਦਗੀ ਦੇਵੇ ਅਸੀਂ ਇਹ ਤੁਹਾਡੇ ਬਣੇ ਬਿਰਾਂ ਗੁਜ਼ਾਰਿਸ਼ ਕਰਦੇ ਹਾਂ ਅਤੇ ਸਾਡੀ ਵੀਡੀਓ ਚਲੋ ਮਤਲਬ ਕਰ ਨਹੀਂ ਕੋਈ ਸਕਦਾ ਤਾਂ ਬੰਦਾ ਇਹ ਤਾਂ ਨਾ ਕਰ ਸਕਦਾ ਨਾ ਲਾਈਕ ਕਮੈਂਟ ਕਰ ਸਕਦਾ ਹੈ ਨਾ ਅਤੇ ਕਿਉਂਕਿ ਘਰ ਦੇ ਹਾਲਾਤ ਜਿਹੜੇ ਨੇ ਕਾਫੀ ਮਾੜੇ ਹੁਣ ਬੇਗਮ ਸਾਹਿਬ ਦਵਾਈ ਉਹ ਲੈ ਕੇ ਆਈ ਹੈ ਅਤੇ ਮੈਂ ਤਾਂ ਕੱਲ੍ਹ ਦਵਾਈ ਲਈ ਹੈ ਉਹ ਤੁਹਾਨੂੰ ਵਿਖਾਈ ਨਹੀਂ ਸਾਡੇ ਅੱਗੋਂ ਪਾਕਿਸਤਾਨ ਦੇ ਡਾਕਟਰ ਵੀ ਐਸੇ ਨੇ ਜਿਹੜੇ ਅਸੀਂ ਵੀਡੀਓ ਬਣਾਈ ਹੈ ਤਾਂ ਮੈਂਡ ਕਰ ਜਾਂਦੇ ਨੇ ਅਤੇ ਹੁਣ ਇਹ ਨਾ ਅੱਜ ਦਵਾਈ ਲੈ ਆਉਂਦੀ ਹੈ ਇਸ ਵਜ੍ਹਾ ਤੋਂ ਅਸਾਂ ਜਿਹੜੀ ਦਵਾਈ ਤੋਂ ਤੁਹਾਨੂੰ ਅਸਾਂ ਵਿਖਾਈ ਹੈ ਅਤੇ ਵੀਡੀਓ ਅਸਾਂ ਨਹੀਂ ਬਣਾਈ ਕਿਉਂਕਿ ਹੁਣ ਬਣਾਉਣ ਹੀ ਨਹੀਂ ਦਿੰਦੇ ਉਹ ਆਉਂਦੇ ਨੇ ਯਾਰ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਕਰਾਉਣ ਦਿਓ ਸਾਡੀ ਵੀਡੀਓ ਨਹੀਂ ਬਣਾਉਣੀ ਅਤੇ ਆਹ ਦਵਾਈ ਇਹਨਾਂ ਲੈ ਆਉਂਦੀ ਜਿਹੜੀ ਤੁਹਾਨੂੰ ਪਹਿਲੇ ਵਿਖਾਈ ਹੈ ਜਿਹੜੀ ਇਹਦੇ ਪੱਠਿਆਂ ਦੀ ਕਮਜ਼ੋਰੀ ਹੈ ਅਤੇ ਅੱਗੇ ਬੇਗਮ ਸਾਹਿਬ ਬਿਲਾਲ ਰੋਟੀ ਖਵਾਈਂਦੀ ਪਈ ਹੁਣ ਆਪ ਖਾਣੀ ਤੋਂ ਹਾਂਜੀ ਮੈਂ ਨਾ ਬਿਲਾਲ ਨੂੰ ਰੋਟੀਆਂ ਲੇਟ ਪੱਕੀਆਂ ਭੁੱਖ ਲੱਗੀ ਹੋਈ ਬਿਲਾਲ ਮੈਂ ਹੋਰ ਰੋਟੀ ਖਵਾਈਂਦੀ ਪਈ ਹਾਂ ਅਤੇ ਜੋ ਤੰਦਰੁਸਤ ਹੁੰਦਾ ਅੱਲਾ ਪਾਉਂਦੇ ਅਸੀਂ ਆਪ ਹੀ ਖਾਣ ਦੂਏ ਬੱਚੇ ਖਾ ਲੈਂਦੇ ਅਤੇ ਇਸ ਵਿਚਾਰਿਆਂ ਨੂੰ ਖਵਾਉਣੀ ਪਾਉਂਦੀ ਭਾਵੇਂ ਰੋਟੀਆਂ ਨੂੰ ਖਵਾਈ ਬਾਅਦ ਅੱਜ ਮੈਂ ਆਪ ਖਾਂਦੀ ਹਾਂ ਅਤੇ ਅੱਲਾ ਪਾਕ ਹਰ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਅਤੇ ਹਰ ਤੇ ਰਾਮਤ ਕਰੇ ਜਿੱਥੇ ਮੇਰੇ ਭੈਣਾਂ ਭਾਈ ਨੇ ਅੱਲਾ ਪਾਕ ਹਰ ਨੂੰ ਸੁੱਖ ਦੇਵੇ ਗਰੀਬ ਬੰਦਾ ਦੁਆ ਹੀ ਕਰ ਸਕਦਾ ਅਤੇ ਇਹ ਗੱਲ ਕਿ ਇਕਬਾਲ ਹੀ ਕੀਤੀ ਵੀ ਸਾਡੀ ਭੈਣਾਂ ਭਾਈਆਂ ਗਈ ਯਾਰ ਕਰ ਸਾਡੀ ਵੀਡੀਓ ਸ਼ੁਰੂ ਤੋਂ ਆਖਿਰ ਤਾਂ ਵੇਖੀ ਕਰੋ ਲਾਈਕ ਕੀਤਾ ਕਰੋ ਕਮੈਂਟ ਕੀਤਾ ਕਰੋ ਸ਼ੇਅਰ ਕੀਤਾ ਕਰੋ ਅਤੇ ਅੱਜ ਦੇ ਲੋਕ ਭੈਣਾਂ ਭਾਈਆਂ ਕੋਲ ਲੈਣੇ ਆ ਇਜਾਜ਼ਤ ਬਿਲਾਲ ਤੋਂ ਹੀ ਅੱਲਾ ਮੈਂ ਤੋਂ ਹੀ ਕਰੀ ਅੱਲਾ ਪੇਸ਼ ਕਰੀ ਮਾਸ਼ਾ